ਅੱਜ ਮਾਹੌਲ ਕੁਛ ਹੋਰ ਤਰ੍ਹਾਂ ਦਾ ਬਣਿਆ ਹੋਇਆ ਜੀ। ਅੱਜ ਮਤਲਬ ਲਵ ਯੂ 1 ਵੀ ਆ ਗਈ ਆ, 2 ਵੀ ਆ ਗਈ ਆ, ਜੋਨਾ ਵੀ ਆ ਗਿਆ ਤੇ ਇੱਕ ਨਵੀਂ ਵੈਰਾਈਟੀ ਵੀ ਆਈ। ਆਮਾ ਬਲੈਕ ਬੋਏ ਉਹ ਤਾਂ ਪਤਾ ਲੱਗ ਗਿਆ, ਪਹਿਲੇ ਵਿੱਚ ਸਭ ਦੱਸਿਆ ਹੀ। ਉਹ ਭਰਾਵਾ ਕਿਉਂ ਬਾਰ-ਬਾਰ ਉੱਚੀ ਬੋਲਦਾ ਰਹਿੰਦਾ ਬਲੈਕ ਬੋਏ ਬਲੈਕ ਬੋਏ? ਓਕੇ, ਆਈ ਐਮ ਸਵੀਟ ਬੋਏ। ਹੈ ਸਵੀਟ ਬੋਏ? ਸਵੀਟ ਕੀ ਹਲਵਾਈ ਦੀਆਂ ਤੇ ਲਗਾ ਰਹੇ ਪਹਿਲੇ? ਦੇਖੋ ਕਿਤੇ ਕੀੜੇ ਨੇ ਪੈ ਜਾਣ। ਤੁਹਾਡੇ ਘਰ ਦਾ ਟੁੱਟ ਜਾ ਗੁੰਡਾ, ਕਾਲਾ ਮੁੰਡਾ ਕਾਲਾ ਮੁੰਡਾ। ਹਾਂ ਇਹ ਵੀ ਦੱਸ ਦੋ ਟੈਗ ਲਾਈਨ ਤੂੰ। ਸਰ ਗਟਰ ਦੇ ਉੱਪਰ ਢੱਕਣ ਪਿਆ ਨਾ ਹੁੰਦਾ ਨਾ, ਹਾਂ ਉਹਦੇ ਉੱਪਰ ਕੁੰਡਾ ਬਣਾ ਹੁੰਦਾ ਨਾ, ਉਹਦੇ ਵਰਗਾ ਮੂੰਹ ਹੈ ਦਾ ਭੈਣ ਜੀ। ਕੁੰਡੇ ਦੇ ਜਿਹੜਾ ਬਲੰਦ ਸਸੇ ਹੁੰਦਾ ਨਾ, ਉਹਦੇ ਵਰਗਾ ਤੁਹਾਡਾ ਟੁੱਟੇ ਪੀਪੇ ਦਾ ਢੱਕਣਾ ਵਰਗਾ ਮੂੰਹ ਹੈ ਤੁਹਾਡਾ। ਲਓ ਜੀ ਤੁਹਾਡੇ ਟੁੱਟੇ ਢੱਕਣਾ ਦਾ। ਸਰ ਇਹਨੂੰ ਕਿਸੇ ਨੇ ਕਿਹਾ ਨਾ ਫਲ ਖਾਣੇ ਆ, ਹਨਾ ਫਲ ਖਾਣੇ ਛਿਲਕੇ ਵਾਲੇ, ਇਹ ਨਾਰੀਅਲ ਖਾ ਗਈ। ਦੇਖ ਲਓ ਜੀ ਐਦਾਂ ਦੇ ਬੇਕੂਫ ਤੁਸੀਂ ਥਾਣੇ ਚ ਭਰਤੀ ਕੀਤੇ ਨੇ। ਉਹ ਤਾਈਓ ਮਿਲਦਾ ਤਾਂ ਉਹ ਵਾਲ ਕਢਾਣ ਹੀ ਗਈ ਸੀ ਉਹ ਨਾਰੀਅਲ ਵਾਲੇ ਬਾਹਰ ਕਿਤੇ। ਇਹਦਾ ਕਿਸੇ ਨੇ ਵਾਲ ਕਰਸ਼ਨ ਨਹੀਂ ਨਾ ਹੈਗਾ ਉਹਦਾ, ਉਹ ਕੱਲਾ ਕੱਲਾ ਕੱਢਿਆ ਹੋਣਾ ਖਿੱਚ ਕੇ। ਰੁਕ ਜਾ ਹੁਣ ਮੈਨੂੰ ਫੋਨ ਲੈ ਲੈਂਦੋ, ਬੜੀ ਦੇਰ ਹੋ ਗਈ ਗੱਲ ਨਹੀਂ ਕੀਤੀ ਕਿਸੇ ਨਾਲ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਲੀ ਸਾਹਿਬ, ਕੀ ਹਾਲ ਚਾਲ ਹੈ? ਉਹ ਬੱਲੇ ਸਾਬੀ ਸਾਹਿਬ, ਕੀ ਹਾਲ ਚਾਲ ਹੈ ਜੀ? ਬਸ ਵਧੀਆ ਵਧੀਆ, ਤੁਸੀਂ ਸੁਣਾਓ? ਆਪਣੇ ਲਵ ਯੂ ਆਈ ਹੈ ਤੇ ਸਾਰਿਆਂ ਨੂੰ ਮੁਬਾਰਕਾਂ ਜੀ। ਮੁਬਾਰਕਾਂ ਕਾਹਦੀਆਂ ਵੈਸੇ, ਸਾਨੂੰ ਤੇ ਝੂਠ ਮਾਰ ਕੇ ਗਈ ਸੀ ਇੱਥੋਂ, ਗਈ ਸੀਗੀ ਇੱਥੇ 15 ਅਗਸਤ ਦੀ ਤਿਆਰੀ ਕਰਨ ਤੇ ਪਤਾ ਲੱਗਾ ਅਮਰੀਕਾ ਘੁੰਮ ਕੇ ਆਈ ਹੈ। ਚਲੋ ਵਧੀਆ ਵਧੀਆ, ਚਲੋ ਮਾੜਾ ਮੋਟਾ ਲਾਈਫ ਚ ਉੱਚਾ ਨੀਵਾਂ ਬੰਦਾ ਹੁੰਦਾ ਹੀ ਰਹਿੰਦਾ, ਕੋਈ ਏਡੀ ਗੱਲ ਨੀ। ਚਲੋ ਜੀ ਠੀਕ ਆ, ਕੋਈ ਗੱਲ ਨੀ, ਅਸੀਂ ਤਾਂ ਕੁਛ ਨੀ ਕਰ ਸਕਦੇ। ਇਹ ਤਾਂ ਉੱਪਰ ਵਾਲੇ DSP ਸਾਹਿਬ ਨੇ ਇਹਨਾਂ ਨੂੰ ਪਰਮਿਸ਼ਨ ਦੇ ਦਿੱਤੀ ਹੈ ਇੱਥੇ ਡਿਊਟੀ ਵਾਸਤੇ, ਤੇ ਆ ਗਈ ਹੋਣੀ ਹੈ। ਸਾਡਾ ਕੀ? ਨਹੀਂ ਨਹੀਂ, ਸਾਡੀ ਤਾਂ ਸਾਰੀ ਫੈਮਿਲੀ ਦੀ ਭਾਵੇਂ, ਚਲੋ ਸ਼ੋਅ ਸੁਬਾਹ ਵੀ ਆ ਰਿਹਾ, ਸ਼ੋਅ ਵੱਲੋਂ ਨੀ ਕੋਈ ਕਮੀ ਹੈਗੀ, ਪਰ ਸਾਡੀ ਫੈਮਿਲੀ ਦੀ ਜਿੰਦ ਜਾਨ ਆ ਗਈ ਹੈ ਦੁਬਾਰਾ। ਲਓ ਜੀ ਇਹ ਤਾਂ ਅੱਛੀ ਗੱਲ ਹੈ ਮੇਰੀ, ਮੇਰੇ ਤੇ ਨਾ ਡਾਊਟ ਕਰਿਓ ਵੀ। ਨਹੀਂ ਨਹੀਂ ਐਸੀ ਕੋਈ ਗੱਲ ਨਹੀਂ, ਤੁਹਾਡੇ ਤੇ ਕਾਹਦਾ ਡਾਊਟ ਕਰਨਾ, ਤੁਹਾਨੂੰ ਤੇ ਮਿਲ ਕੇ ਵੀ ਨਹੀਂ ਆਈ, ਮਿਲ ਕੇ ਆਪਣੀ ਸੱਸ ਨੂੰ ਆਈ ਹੈ। ਚਲੋ ਉਹ ਵਾਟਐਵਰ, ਉਹ ਬਾਅਦ ਦੀਆਂ ਗੱਲਾਂ, ਪਰ ਆਪਾਂ ਨੂੰ ਮਾਇਆ ਬਹੁਤ ਮਸਤ ਤੁਹਾਡਾ ਉਹ ਗਰੁੱਪ ਬਹੁਤ ਇੰਟਰਸਟਿੰਗ ਆ ਗਿਆ। ਮੈਂ ਤੁਹਾਨੂੰ ਬਲੀਵ ਕਰੋ, ਮੈਂ ਰੋਟੀ ਖਾਣਾ ਵੇ, ਮੈਂ ਕਿਹਾ ਪਹਿਲਾਂ ਗੱਲ ਕਰਨੀ ਫਿਰ ਖਾਣੀ ਰੋਟੀ। ਮੇਰੀ ਸ਼ੁਕਰੀਆ ਸ਼ੁਕਰੀਆ ਸਾਬੀ ਸਾਹਿਬ, ਬਹੁਤ ਬਹੁਤ ਥੈਂਕ ਯੂ। ਔਰ ਜਿਹੜਾ ਸਾਡਾ ਗਰੁੱਪ ਹੈ, ਇਹਨਾਂ ਦਾ ਬਲੱਡ ਗਰੁੱਪ ਵੀ ਬਹੁਤ ਵਧੀਆ ਸਾਰਿਆਂ ਦਾ, ਕਿਉਂਕਿ ਗਰੁੱਪ ਦੇ ਵਿੱਚ ਹੀ ਰਹਿੰਦੇ ਆ ਸਾਰੇ, ਇਕੱਲੇ ਇਕੱਲੇ ਨੂੰ ਬੰਦਾ ਪੈ ਜਾਂਦਾ। ਹਾਂਜੀ ਹਾਂਜੀ, ਸਾਰੇ ਤੁਹਾਡੇ ਹਰ ਤਰ੍ਹਾਂ ਦੀ ਵਰਾਇਟੀ ਹੈਗੀ, ਬਲੈਕ ਬੋਏ ਵੀ ਹੈਗਾ, ਵਾਈਟ ਬੋਏ ਵੀ ਹੈਗਾ, ਤੁਸੀਂ ਤੁਸੀਂ ਮੇ ਹੋ ਇਹਨਾਂ ਦਾ ਧੁਰਾ ਗੱਡੀ ਦਾ, ਬਸ ਤੇ ਬਾਕੀ ਤੁਹਾਡੇ ਕੋ ਦੋ। ਹਾਂਜੀ ਆ ਛੋਟਾ, ਆ ਮੇਰੇ ਕੋ ਦੇਖੋ, ਮੈਂ ਇਸ ਸ਼ੋਅ ਦਾ ਇੰਜਣ ਆ, ਇਹ 3 ਮੇਰੇ ਡੱਬੇ ਆ, ਤੇ ਇਹ ਕੋਲਾ ਪਾਉਣ ਵਾਲਾ ਵੇਲਚਾ ਆ, ਇਹ ਸਾਰੇ ਮੇਰੇ ਕੋਲ ਹੈਗੇ ਆ, ਕੋਈ ਐਸੀ ਗੱਲ ਨਹੀਂ। ਠੀਕ ਹੈ ਠੀਕ ਹੈ, ਬਹੁਤ ਵਧੀਆ, ਚਲੋ ਸ਼ੁਕਰੀਆ ਸਾਬੀ ਸਾਹਿਬ, ਸ਼ੁਕਰੀਆ ਜੀ। ਅੱਜ ਬਹੁਤ ਸਾਰੇ ਕਾਲ ਆ, ਮੈਂ ਸੋ ਸਾਰਿਆਂ ਨੂੰ ਚਾਹੁੰਦਾ ਜੀ ਸਾਰਿਆਂ ਨਾਲ ਥੋੜਾ ਥੋੜਾ ਮੌਕਾ ਮਿਲ ਜਾਵੇ ਗੱਲ ਕਰਨ ਦਾ, ਤੇ ਕਿਉਂਕਿ ਬਹੁਤ ਸਾਰੇ ਕਾਲ ਆ ਰਿਹਾ, ਜਿੰਨੀ ਦੇਰ ਮੈਂ ਗੱਲ ਕਰਨੀ ਉਨੀ ਦੇਰ ਕੋਈ ਆ ਨਹੀਂ ਰਿਹਾ, ਮੈਂ ਇਸ ਕਰਕੇ ਵਧਾ ਕੇ ਗੱਲ ਕਰ ਰਿਹਾ ਕਿ ਸ਼ਾਇਦ ਆ ਹੀ ਜਾਵੇ ਉਨੀ ਦੇਰ 'ਚ ਕੋਈ। ਲਓ ਮੈਂ ਉਹੀ ਗੱਲ, ਮੈਨੂੰ ਪਤਾ ਹੀ ਹੁੰਦਾ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਰ TV ਦਾ ਵੋਲਿਊਮ ਘੱਟ ਕਰੋ ਜੀ ਪਲੀਜ਼। ਹੈਲੋ, ਨਹੀਂ ਜਾਂ ਮੰਨਦੇ ਸਰ, TV ਦਾ ਵੋਲਿਊਮ ਘੱਟ ਕਰ ਦਿਓ ਪਲੀਜ਼। ਠੀਕ ਹੈ ਠੀਕ ਹੈ, ਹਾਂਜੀ ਹਾਂਜੀ, ਹੁਣ ਦੱਸੋ ਜੀ ਕੌਣ ਬੋਲ ਰਹੇ ਹੋ ਸਰ? ਹੈਲੋ, ਲਓ ਜੀ, ਮਤਲਬ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਕਾਲ ਕਰਕੇ ਬੋਲਦੇ ਕਿਉਂ ਨਹੀਂ ਕਈ ਲੋਕ। ਹੈਲੋ, ਹੈ ਜਾ ਫਿਰ, ਸਤਿ ਸ਼੍ਰੀ ਅਕਾਲ ਜਨਾਬ, ਕੀ ਕਰ ਰਹੇ ਹੋ? ਓ ਕੀ ਹਾਲ ਹੈ ਮੈਨ? ਹੈਲੋ, ਫੋਨ ਕਟਿਆ ਗਿਆ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਹਾਲ ਚਾਲ ਠੀਕ ਹੈ, ਅੱਜ ਕੱਲ ਮੈਂ ਕਿਹਾ ਦੋ ਦੋ ਆਈਆਂ ਪਈਆਂ, ਕੀ ਗੱਲ? ਬਸ ਸਾਡਾ ਕੀ ਹੈ, ਤੁਹਾਡੀਆਂ ਮੋਜਾਂ ਲੱਗੀਆਂ। ਤੁਹਾਡੀਆਂ ਮੋਜਾਂ ਕੀ ਲੱਗੀਆਂ? ਅਸੀਂ ਲਾਲ ਟਮਾਟਰ ਨੂੰ ਲਾਈਕ ਕਰਦੇ ਹਾਂ, ਲਵ ਯੂ ਨੂੰ ਤਾਂ ਅਸੀਂ ਸਤਿ ਸ਼੍ਰੀ ਅਕਾਲ ਕਰਦੇ ਹਾਂ। ਅੱਛਾ, ਲੈ ਵੀ ਸਤਿ ਸ਼੍ਰੀ ਅਕਾਲ ਤੇ ਦੇ ਦੇ ਜਵਾਬ ਅਗੋ। ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਜੀ, ਮੇਰਾ ਵੀ ਵਿਆਹ ਹੋਣ ਲੱਗਾ, ਮੈਂ ਸਾਸੂ ਮਾਂ ਕੋਲ ਗਈ ਸੀ ਨਾਲੇ। ਨਹੀਂ ਆਂਦੀ, ਇੰਨੇ ਦਿਨਾਂ ਬਾਅਦ ਆਈ ਹੈ, ਕਿੱਥੇ ਫਿਰ ਫੜਾ ਕੇ ਟੈਲੀਫੋਨ ਨੰਬਰ ਦੇ ਕੇ ਲੋਕਾਂ ਨੂੰ ਉਹ ਕਰਕੇ, ਇਹ ਨਹੀਂ ਕੋਈ ਜਾਂਦੇ ਨੇ ਕੇਕ ਲੈ ਜਾ, ਕੋਈ ਬਿਸਕੁਟ ਲੈ ਜਾ, ਕੋਈ ਜੂਸ ਲੈ ਜਾ, ਕੁਛ ਨਹੀਂ ਲੈ ਕੇ ਆਈ ਹੈਗੀ। ਦੇਵ ਬਿਲਕੁਲ, ਇਹ ਸ਼ਿਕਾਇਤ ਮੈਨੂੰ ਵੀ ਆ ਸੁਖਦੇਵ ਜੀ ਕਿ ਜੇ ਇੰਨੇ ਦਿਨਾਂ ਬਾਅਦ ਆਈ ਸੀ, ਬਾਹਰ ਦਾ ਬੰਦਾ ਟ੍ਰਿਪ ਲਾ ਕੇ ਆਵੇ ਤੇ ਵੈਸੇ ਖੁਸ਼ੀ ਨਾਲ ਕੋਈ ਮੂੰਹ ਮਿੱਠਾ ਕਰਨ ਵਾਸਤੇ ਲਾਇਆ ਤਾਂ। ਬਿਲਕੁਲ ਬਿਲਕੁਲ, ਬੋਲੀਆਂ ਹਾਸੇ ਵਾਲਾ ਰੈਪ ਚਾਹੀਦਾ ਮੈਨੂੰ, ਸੁਣਾਓ।
ਹੀ ਵਾਲਾ ਚਾਹੀਦਾ ਰੈਪ ਮੈਨੂੰ। ਅੱਛਾ ਇਹਨਾਂ ਕੋਲ ਹੀ ਹੀ ਲੈਣਾ ਤੁਸੀਂ? ਯੈਸ ਕੋਈ ਨਾ, ਆ ਮੈਂ ਬਲੈਕ ਬੋਏ ਉਹ ਬਸ ਸਰਕਾਰ ਕੀ ਹੋਇਆ ਆਗਰੇ ਵਾਲਿਆਂ ਦਾ ਫੋਨ ਆਇਆ ਇਹਨਾਂ ਦਾ ਨਾ ਕਰੋ। ਅੱਛਾ ਮੇਰੀ ਗੱਲ ਸੁਣੋ ਆਪਣਾ ਸੁਖਦੇਵ ਜੀ, ਬਿਲਕੁਲ ਤੁਹਾਡੀ ਗੱਲ 'ਚ ਪੁਆਇੰਟ ਹੈਗਾ, ਕਿੰਨੀ ਦੇਰ ਬਾਅਦ ਆਈ ਹੈ, ਕੁਛ ਨਾ ਕੁਛ ਤਾਂ ਲਿਆ ਕੇ ਲਿਆਉਣਾ ਚਾਹੀਦਾ ਸੀ ਇਹਨੂੰ, ਇਹ ਤਾਂ ਸਿਆਣਾ ਮੁਰਗੀ ਵਰਗਾ ਬੁੱਸਿਆ ਮੂੰਹ ਲੈ ਕੇ ਆ ਗਈ ਹੈ, ਮਤਲਬ ਕੁਛ ਵੀ ਨਹੀਂ ਲੈ ਗਈ। ਅੱਛਾ ਚਲੋ ਇੱਕ ਮਿੰਟ, ਵੈਸੇ ਲਵ ਯੂ ਤੈਨੂੰ ਮੈਂ ਦੱਸ ਦੇਵਾਂ, ਤੇਰੇ ਜਾਣ ਮਗਰੋਂ ਜਿਹੜੇ ਸੁਖਦੇਵ ਜੀ ਨੇ, ਹਾਂਜੀ, ਇਹਨਾਂ ਨੇ ਤੇਰੀ ਸਿਸਟਰ ਤੇ ਵੀ ਕਾਫੀ ਮਤਲਬ ਗੱਲਬਾਤ ਕੀਤੀ ਹੈ, ਤੇ ਤੇਰੀ ਸਿਸਟਰ ਦਾ ਨਾਂ ਪਾਇਆ ਲਾਲ ਟਮਾਟਰ। ਸਰ ਇਹ ਤਾਂ ਵੱਡੀ ਦੀਦੀ ਦੇ ਉੱਤੇ ਵੀ ਕਰਦੇ ਸੀਗੇ ਮਿਸੀ ਦੀਦੀ ਨੂੰ, ਉਹ ਉਹਨਾਂ ਦੇ ਨਾਂ ਤੇ ਸੰਘਾੜਾ ਪਾਇਆ ਸੀ ਨਾ, ਉਹਨਾਂ ਦੇ ਲੁੱਕ ਦੇ ਹਿਸਾਬ ਨਾਲ ਇਹਦਾ ਲਾਲ ਟਮਾਟਰ ਪਾਇਆ। ਨਹੀਂ ਸਰ ਲਾਈਨਾਂ ਉਹਨਾਂ ਦੇ ਉੱਤੇ ਵੀ ਮਾਰ ਦਿੰਦੇ ਸੀ ਨਾ। ਅੱਛਾ ਹਾਂਜੀ, ਕਿਉਂਕਿ ਬਚਪਨ 'ਚ ਨਹੀਂ ਨਾ ਮਾਰੀਆਂ ਹੋਣੀਆਂ ਲੈਣਾ ਉਹ ਫੁੱਟੇ ਫੱਟੇ ਨਾਲ ਤਾਂ ਕਰਕੇ। ਹਾਂਜੀ ਹਾਂਜੀ, ਹੋਰ ਸੁਣਾਓ ਜੀ। ਹਾਂਜੀ ਪਾਲੀ ਜੀ, ਮੈਂ ਤਾਂ ਖੁਸ਼ ਹਾਂ ਜੀ, ਮੈਂ ਲਾਲ ਟਮਾਟਰ ਨੂੰ ਹਾਂ ਕਰ ਦੇ ਆਪਾਂ ਤਾਂ ਕਾਲੀ ਚੁੰਨੀ ਚੜ ਕੇ ਲੈ ਗਏ, ਮੈਂ ਤਾਂ ਆ ਰਿਹਾ 1 ਅਕਤੂਬਰ ਨੂੰ, 2 ਅਕਤੂਬਰ ਨੂੰ ਤੁਹਾਡੇ ਮਿੰਟ ਬਾਅਦ ਦੁਨੀਆ ਇੱਧਰ ਇੱਧਰ ਹੋ ਜਾਏ। ਉਹ ਮੈਂ ਕਹਿੰਦਾ ਲਾਲ ਟਮਾਟਰ ਛੱਡੋ, ਆਪਾਂ ਮਿਸੀ ਉਹਨਾਂ ਗੱਲ ਕਰਦੇ, ਤੁਸੀਂ ਚੁੰਨੀ ਚੜਾ ਕੇ ਛੱਡੋ, ਤਰਪਾਲ ਪਾ ਕੇ ਲੈ ਜਾਓ। ਪਾਲੀ ਜੀ ਇਹ ਗੱਲ ਕੀਤੀ ਸੀ 1 ਲੱਖ ਰੁਪਏ ਦੀ। ਹਾਂਜੀ ਹਾਂਜੀ, ਮਿਸੀ ਵੀ ਠੀਕ ਹੈ, ਇੰਨੀ ਬੈਡ ਨਹੀਂ ਹੈਗੀ, ਠੀਕ ਹੀ ਹੈ। ਰੁਪਈਆ 1000 ਰੱਖ ਕੇ ਤੇ ਬਾਕੀ ਮੈਨੂੰ ਮੋੜ ਦਿਓ ਜੀ 1 ਲੱਖ ਰੁਪਏ ਚ। ਹਾਂ ਜਿੱਦਾਂ ਤੁਸੀਂ ਗੱਲ ਕੀਤੀ ਮੈਨੂੰ ਲੱਗਦਾ 1 ਰੁਪਏ ਦੀ ਗੱਲ ਕੀਤੀ ਹੈ। ਤੂੰ ਚੰਗੀ ਨਹੀਂ ਕੀਤੀ ਤੁਹਾਨੂੰ ਕਹਿ ਰਹੀ ਜੇ ਪਾਲੀ ਜੀ, ਮੈਨੂੰ ਲਵ ਕਰਦੀ ਪਰ ਸ਼ਰਮ ਖਾਂਦੀ ਨਾ। ਕੀ ਖਾਂਦੀ ਆ? ਕੋਠੇ ਤੇ ਕਾਨਾ ਵੇ ਹਾਏ, ਕੋਠੇ ਤੇ ਕਾਨਾ ਵੇ, ਉਹ ਜਿੰਦੇ ਅਸੀਂ ਲਵ ਯੂ ਤੂੰ ਟਮਾਟਰ ਦੇਣੀ ਹੈ ਸਾਡਾ ਪਿਆਰ ਬਹਾਨਾ ਵੇ। ਕੀ ਬਾਤ ਹੈ ਸੁਖਦੇਵ ਜੀ, ਬਹੁਤ ਬਹੁਤ ਵਧੀਆ ਜੀ, ਥੈਂਕ ਯੂ ਸੋ ਮਚ। ਬਸ ਇੱਥੇ ਸ਼ੋਅ ਦੇ ਵਿੱਚ ਫੋਨ ਕਰਕੇ ਐਂਟਰਟੇਨ ਕਰਦੇ ਰਿਹਾ ਕਰੋ।